ਚਲੋ ਆ ਜਾਓ, ਅੱਜ ਆਪਾਂ ਚੱਲਦੇ ਹਾਂ ਖੇਤ। ਉੱਥੇ ਤੂੜੀ ਭਰ ਰਹੇ ਨੇ, ਦੋ ਭੂੰਗ ਪਹਿਲਾਂ ਭਰਤੇ ਸੀ ਅਤੇ ਅੱਜ ਤੀਸਰਾ ਭੂੰਗ ਭਰ ਰਹੇ ਨੇ, ਉੱਥੇ ਚੱਲ ਕੇ ਦੇਖਦੇ ਹਾਂ। ਵੈਸੇ ਪਿਛਲੇ ਸਾਲ ਜਿਹੜਾ ਰੇਟ ਸੀ ਤੂੜੀ ਦਾ ਉਹ ਕਾਫੀ ਜ਼ਿਆਦਾ ਘੱਟ ਸੀਗਾ, ਬਟ ਇਸ ਵਾਰ ਅੱਪ ਹੋਇਆ ਗਾ। ਪਿਛਲੇ ਸਾਲ ਜਿੰਨਾ ਰੇਟ ਸੀ ਜੁਲਾਈ ਦੇ ਵਿੱਚ, ਉਸ ਨਾਲੋਂ ਵੈਸੇ ਇਸ ਟਾਈਮ ਵੀ ਦੁੱਗਣਾ ਰੇਟ ਹੋ ਚੁੱਕਿਆ ਗਾ। ਉਮੀਦ ਕਰਦੇ ਹਾਂ ਕਿ ਅੱਗੇ ਵਿੰਟਰ ਦੇ ਵਿੱਚ ਜਾ ਕੇ ਹੋਰ ਵੀ ਅੱਪ ਹੋਣ ਦੀ ਸੰਭਾਵਨਾ ਹੈਗੀ ਆ। ਇਸ ਵਾਰ ਜਿਹੜੀ ਮੌਨਸੂਨ ਦੀ ਬਰਸਾਤ ਆ ਉਹ ਵੀ ਬਿਲਕੁਲ ਨਾ ਮਾਤਰੇ ਹੋਈ ਆ ਸਾਡੇ ਏਰੀਏ ਦੇ ਵਿੱਚ, ਤਾਂ ਕਰਕੇ ਜਿਹੜੀਆਂ ਜੀਰੀਆਂ ਨੇ ਉਹ ਬੜੀ ਮੁਸ਼ਕਿਲ ਨਾਲ ਲੱਗੀਆਂ ਨੇ। ਇਹ ਕਹਿ ਲਓ ਕਿ ਜਿੰਨਾ ਵੀ ਪਾਣੀ ਆ ਮਤਲਬ ਮੋਟਰਾਂ ਦੇ ਨਾਲ ਹੀ ਲੱਗਿਆ ਸਾਰਾ। ਜਿਹੜਾ ਵਾਟਰ ਲੈਵਲ ਆ ਉਹ ਵੀ ਕਾਫੀ ਜ਼ਿਆਦਾ ਨੀਚੇ ਜਾਈ ਜਾਂਦਾ। ਲਓ ਫਾਈਨਲੀ ਆਪਾਂ ਹੁਣ ਖੇਤ ਪਹੁੰਚ ਚੁੱਕੇ ਹਾਂ। ਵੈਸੇ ਅੱਜ ਗਰਮੀ ਵੀ ਬਹੁਤ ਪੈ ਰਹੀ ਆ। ਜਿਹੜਾ ਤੂੜੀ ਦਾ ਕੰਮ ਆ ਇਹ ਵੈਸੇ ਸਰਦੀਆਂ ਦੇ ਵਿੱਚ ਭਰੀ ਜਾਵੇ ਜ਼ਿਆਦਾ ਵਧੀਆ ਹੁੰਦਾ ਲੇਬਰ ਨੂੰ, ਗਰਮੀ ਦੇ ਵਿੱਚ ਤਾਂ ਬੜੀ ਮੁਸ਼ਕਿਲ ਹੁੰਦੀ ਆ। ਮਿਹਨਤੀ ਬੰਦਿਆਂ ਦੇ ਕੰਮ ਕਰਦੇ ਹੋਏ ਵੀ ਚਿਹਰੇ ਤੋਂ ਜਿਹੜੀ ਖੁਸ਼ੀ ਆ ਉਹ ਝਲਕ ਰਹੀ ਆ। ਇੱਧਰ ਜੱਗਾ ਵੀ ਆਪਣੇ ਸ਼ਸਤਰ ਚੱਕੀ ਖੜ੍ਹਾ ਸਾਰੇ।